ਨਜਾਇਜ਼ ਤੌਰ ਤੇ ਚੱਲ ਰਹੀ ਹੈ ਬੱਸਾਂ ਨੂੰ ਬੰਦ ਕਰਵਾਉਣ ਸੰਬੰਧੀ ਅੱਜ ਅੰਮ੍ਰਿਤਸਰ ਬੱਸ ਸਟੈਂਡ ਦੇ ਬਾਹਰ ਪ੍ਰਾਈਵੇਟ ਟਰਾਂਸਪੋਰਟ ਯੂਨੀਅਨ ਦੇ ਪ੍ਰਧਾਨ ਦਿਲਬਾਗ ਸਿੰਘ ਅਤੇ ਜਨਰਲ ਸੈਕਟਰੀ ਬਲਦੇਵ ਸਿੰਘ ਬੱਬੂ ਦੀ ਅਗਵਾਈ ਹੇਠ 2 ਘੰਟੇ ਬੱਸਾਂ ਬੰਦ ਕਰਕੇ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਤੇ ਗੱਲਬਾਤ ਕਰਦਿਆਂ ਬਲਦੇਵ ਸਿੰਘ ਬੱਬੂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਨਿੱਜੀ ਬੱਸ ਮਾਲਕਾਂ ਵੱਲੋਂ ਬਿਨਾਂ ਪਰਮਿਟ ਤੋਂ ਬੱਸ ਚਲਾਈਆਂ ਜਾ ਰਹੀਆਂ ਹਨ, ਪਰ ਪ੍ਰਸ਼ਾਸਨ ਵੱਲੋਂ ਇਸ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਯੂਨੀਅਨ ਨੇ ਇਸ ਸੰਬੰਧੀ ਸ਼ਿਕਾਇਤਾਂ ਵੀ ਕੀਤੀਆਂ ਹਨ, ਪਰ ਕਿਸੇ ਵੀ ਅਫਸਰ ਵੱਲੋਂ ਉਹਨਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ, ਜਿਸ ਦੇ ਵਿਰੋਧ ਵਿੱਚ ਅੱਜ 2 ਘੰਟੇ ਜਾਮ ਲਗਾਇਆ ਗਿਆ। ਉਹਨਾਂ ਨੇ ਕਿਹਾ ਕਿ ਜੇਕਰ ਉਹਨਾਂ ਦੀ ਮੰਗ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਯੂਨੀਅਨ ਵੱਲੋਂ ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਬਲਦੇਵ ਸਿੰਘ ਬੱਬੂ, ਸੈਕਟਰੀ ਆਲ ਪ੍ਰਾਈਵੇਟ ਟਰਾਂਸਪੋਰਟ ਵਰਕਰ ਯੂਨੀਅਨ ਅੰਮ੍ਰਿਤਸਰ ਦਾ ਮੈਂ ਸੈਕਟਰੀ ਹਾਂ। ਅੱਜ ਜਿਹੜੀ ਅਸੀਂ ਬੱਸ ਸਟੈਂਡ ਸਿਰਾ ਬੰਦ ਕੀਤਾ, ਜਿਹੜੀਆਂ 2 ਨੰਬਰ ਦੀਆਂ ਗੱਡੀਆਂ ਪਿਆਰ ਬੱਸ ਵਾਲੇ GBS ਵਾਲੇ ਜਿਹੜੀਆਂ ਗੱਡੀਆਂ ਚਲਾਉਂਦੇ ਸੀ, ਉਹਦੇ ਖਿਲਾਫ ਅਸੀਂ ਪੂਰਾ ਅੰਮ੍ਰਿਤਸਰ ਦਾ ਜਿਹੜਾ ਬੱਸ ਸਟੈਂਡ ਸੀ ਉਹ ਬੰਦ ਕੀਤਾ ਸੀ ਕਿ ਇਹ ਬੰਦੇ 2 ਨੰਬਰ ਦੀਆਂ ਗੱਡੀਆਂ, ਇਹਨਾਂ ਦੇ ਜਿਹੜੇ ਪਰਮਿਟ ਨੇ ਉਹ ਰਹੀਏ ਬਿਆਸ ਤੋਂ ਅੱਗੇ ਕੋਈ ਨਹੀਂ ਹੈਗਾ, ਜਲੰਧਰ ਅਤੇ ਆਪਣਾ ਲੁਧਿਆਣੇ ਗੱਡੀਆਂ ਚਲਾਉਂਦੇ ਨੇ। ਇਹਨਾਂ ਦੇ ਕੋਲ 50-60 ਗੱਡੀਆਂ ਮੌਜੂਦਾ ਚੱਲਣੀਆਂ ਨੇ, ਜਿਹੜੇ ਪਰਮਿਟ ਆ ਉਹ 14-15 ਹੀ ਆ ਸਾਰੇ। ਇਹਨਾਂ ਦੇ ਖਿਲਾਫ਼ ਅਸੀਂ ਅੱਜ ਧਰਨਾ ਦਿੱਤਾ ਸੀ। ਕੁਝ ਇਹਨਾਂ ਦੀਆਂ 2 ਨੰਬਰ ਦੀਆਂ ਗੱਡੀਆਂ ਸੀ ਜਿਨ੍ਹਾਂ ਦੇ ਕਾਰਾਂ ਮੋਟਰਸਾਈਕਲਾਂ ਦੇ ਨਾਲ ਨੰਬਰ ਲਾਏ ਸੀ, ਉਹ 7 ਗੱਡੀਆਂ ਭਜਾ ਕੇ ਲੈ ਗਏ ਆ, ਅਤੇ ਇੱਕ ਗ੍ਰੀਨ ਬੱਸ ਦੀ ਜਿਹੜੀ ਉਹ ਗੱਡੀ ਆ ਉਹ 2 ਨੰਬਰ ਦੇ ਜਿਹਦੇ ਵਿੱਚ ਕਾਰ ਹੰਡਾਈ ਵਾਲਿਆਂ ਦੀ ਦਾ ਨੰਬਰ ਲੱਗਾ ਉਹ ਮੌਜੂਦਾ ਗੱਡੀ ਫੜੀ ਗਈ ਆ। ਅਤੇ ਮੌਕੇ 'ਤੇ SHO ਰਾਮਬਾਗ ਜਸਪਾਲ ਸਿੰਘ ਜੀ ਅਤੇ ਨੀਰਜ ਕੁਮਾਰ ਜੀ SHO ਸੁਲਤਾਨਵਿੰਡ ਆਏ, ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਕਿ ਪਿਆਰ ਬੱਸਾਂ ਜਿਹੜੀਆਂ ਗਲਤ ਚੱਲਦੀਆਂ ਨੇ ਜਾਂ ਹੋਰ ਕੰਪਨੀਆਂ ਜਿਹੜੀਆਂ ਚੱਲਦੀਆਂ ਨੇ ਉਹ ਨਹੀਂ ਚੱਲਣ ਦਿੱਤੀਆਂ ਜਾਣਗੀਆਂ। ਅਤੇ ਅਸੀਂ ਇਸ ਗੱਲ ਦਾ ਸਾਰੇ ਵਰਕਰਾਂ ਨੇ, ਮਿੰਨੀ ਬੱਸ ਯੂਨੀਅਨ ਵਾਲਿਆਂ ਨੇ ਇਹ ਵਿਚਾਰ ਕਰਕੇ ਪ੍ਰਸ਼ਾਸਨ ਨੂੰ ਅੱਜ ਸੁੱਤੀ ਨੀਂਦੇ ਘੁੰਮਦੇ ਨੀਂਦੇ ਜਿਹੜਾ ਪ੍ਰਸ਼ਾਸਨ ਸੁੱਤਾ ਸੀ ਉਹਨੂੰ ਜਗਾਇਆ ਕਿ ਅੱਜ ਦੇ ਅਸੀਂ 2 ਘੰਟੇ ਜਾਮ ਕੀਤਾ, ਪੂਰਾ ਅੰਮ੍ਰਿਤਸਰ ਜ਼ਿਲ੍ਹਾ ਮੁਕੰਮਲ ਤੌਰ 'ਤੇ ਅਸੀਂ ਬੰਦ ਕਰਾਂਗੇ ਜੇ ਇਹ ਗੱਡੀਆਂ ਜਿਹੜੀਆਂ ਨਜਾਇਜ਼ ਚੱਲਦੀਆਂ ਪ੍ਰਸ਼ਾਸਨ ਨੇ ਨਾ ਬੰਦ ਕੀਤੀਆਂ। ਜੇ ਪ੍ਰਸ਼ਾਸਨ ਇਸ ਗੱਲ 'ਤੇ ਨਹੀਂ ਕਰਦਾ, ਜੇ ਗੱਡੀਆਂ ਜਿਹੜੀਆਂ ਜਿਸ ਤਰ੍ਹਾਂ ਨਜਾਇਜ਼ ਜਿੱਧਰੋਂ ਇੰਟਰ ਗੱਡੀਆਂ ਹੁੰਦੀਆਂ ਨੇ ਉੱਧਰੋਂ ਇਹ ਗੱਡੀਆਂ ਗਲਤ ਚਲਾ ਰਹੇ ਨੇ, ਜੇ ਚਲਾਉਂਦੇ ਰਹੇ ਤਾਂ ਧਰਨਾ ਲਗਾਤਾਰ ਇਸ ਤਰ੍ਹਾਂ ਜਾਰੀ ਰਹੇਗਾ ਅਤੇ ਪੂਰੇ ਪ੍ਰਸ਼ਾਸਨ ਦੇ ਖਿਲਾਫ਼ ਵੀ ਆਪਾਂ ਮੁਹਿੰਮ ਪੂਰੇ ਪੰਜਾਬ 'ਚ ਵਿੱਢਾਂਗੇ।